चैटर इधर कौन उबला और लूप पता सा तू ही मिलना हूँ तू कौन है ओ मेरा मंगेतर है अच्छा यानी के तू है केड़ा चाहिए है कि वो तेरा मंगेतर है और जी अच्छी काश मैं तेरा परांदा हुंदा आए कदी इधर जांदा कदी इधर जांदा किड्डा मजा हुंदा काश तू मेरा नाला हुंदा Yeah!
ਪੱਕਾ ਜਿਆ ਮੈਂ ਕਿਹਾ ਖਾਨ ਸਾਹਿਬ ਦਾ ਕੰਮ ਆਵਾ ਚੱਲ ਯਾਰ ਫੇਰ ਵੀ ਤੂੰ ਪਿੰਡ ਦੇ ਵਿੱਚ ਇਹਨੇ ਢੋਲੇ ਪਾਈਏ ਕਰਨਾ ਹੈਗਾ ਸਾਨੂੰ ਪਤਾ ਤੂੰ ਪਿੰਡਾਂ ਦਾ ਹਾਂ ਢੋਲੇ ਨਹੀਂ ਬਣਾਉਂਦਾ ਹਾਂ ਬਸ ਸਾਨੂੰ ਕੋਈ ਪਰਵਾਹ ਨਹੀਂ ਇਥੋਂ ਇੱਥੇ ਵੱਜ ਓਏ ਆ ਕੱਚ ਓਏ ਉਹ ਕਾਲਾ ਵੀ ਅੰਦਰ ਹੋ ਗਿਆ ਕਾਲਾ ਗੁੱਸੇ ਦੇ ਅੰਦਰ ਚਲੇ ਗਿਆ ਉਹਨੂੰ ਬੁਲਾ ਸਾਰੇ ਅੰਦਰ ਜਿਹੜਾ ਸੁੱਤਿਆ ਨਾ ਉਹ ਨਹੀਂ ਜਿਹੜਾ ਮੇਰਾ ਘਰ ਦਾ ਬੱਚਾ ਨੂੰ ਆਇਆ ਕਿਸੇ ਦੀ ਆ ਨਹੀਂ ਆ ਬੱਚੇ ਨੂੰ ਮੈਂ ਟੋਕੇ ਮਾਰ ਮੇਰੀ ਗੱਲ ਤਾਂ ਸੁਣ ਓਏ ਮੰਡਾਕ ਓਏ ਚਲਾ ਪਿੱਛੇ ਹੋ ਆ ਸਾਡੀ ਰਾਤੀ ਕੌਣ ਜੰਮੇ ਉਸ ਦਿਨ ਤਾਈਆਂ ਛੁੱਟੀ ਦੇ ਸਾਨ ਓਏ ਨਾਨੂ ਬਦਮਾਸ਼ ਆ ਬੱਗੂ ਡੰਗਰ ਨਾ ਹੈ ਮੇਰਾ ਕੀ ਬਾਤ ਆ ਅੱਜ ਸਾਡੇ ਲਾਲੇ ਦੀ ਰਿਹਾਈ ਏ ਆ ਸਾਡਾ ਤੇ ਜਿਹੜਾ ਸ਼ੇਰ ਵਰਗਾ ਆ ਜੇਲ੍ਹ ਚ ਸਾਡੇ ਨਾ ਆ ਜਿੱਧਰੋਂ ਨੰਗੀ ਏ ਕੋਈ ਬਾਤ ਆਉਂਦੀ ਏ ਬੱਗੂ ਸਿਗਰ ਲਿਆ ਦੇ ਬੱਗੂ ਪਾਣੀ ਲਿਆ ਦੇ ਬੱਗੂ ਲਤਾਂ ਘੁੱਟ ਜਾ ਓ ਜੇਲ੍ਹ ਦੇ ਵਿੱਚ ਵੈਪਰ ਲੈ ਕੇ ਜਾਣਾ ਅੱਜ ਤੁਹਾਡੇ ਭਰਾ ਨੇ ਛੱਡਣਾ ਜੀ ਆ ਬਕਵਾਸ ਬੰਦ ਕਰ ਬੱਗੂ ਆ ਪੂਰੀ ਜਗੀਰ ਚ ਸਾਡੇ ਵਰਗਾ ਕੋਈ ਬਦਮਾਸ਼ ਨਹੀਂ ਆ ਅਸੀਂ ਉਹ ਬਦਮਾਸ਼ ਹਾਂ ਜਿਹੜੇ ਮਰੇ ਬੰਦੇ ਦੇ ਕੱਪੜੇ ਵੀ ਲੈ ਲੈਂਦੇ ਨੇ ਆ ਸਾਡੇ ਵਰਗਾ ਜੱਗਾ ਕਿੰਨੇ ਮੰਗਣਾ ਜੁਮੇ ਰਾਤ ਨੂੰ ਆ ਬਕਵਾਸ ਬੰਦ ਕਰ ਅਸੀਂ ਆ ਦਰਾਂ ਨੌਕਰਾ ਇਧਰ ਆ ਇਹ ਜੰਮ ਕੇ ਮਾਂ ਦੀ ਫੌਜੀ ਕਰਵਾਉਣ ਵਾਲੇ ਆ ਜੀ ਤੁਸੀਂ ਤਾਂ ਤੇਰੇ ਤੇ ਆ ਸਤਕੇ ਤੇਰੇ ਕੀ ਜੋ ਸਾਹਿਬ ਤੈਨੂੰ ਪਤਾ ਸਾਡੇ ਲਾਲੇ ਦੀ ਰਹਾਈ ਹੈ ਹਾਂਜੀ ਅੱਜ ਤੁਹਾਡੇ ਭਰਾ ਨੇ ਛੱਡਣਾ ਤੈਨੂੰ ਅਸੀਂ ਪਤਾ ਕਿਉਂ 25 ਸਾਲ ਦਾ ਅਗਲੇ ਨੇ ਫੜਿਆ ਤੇ ਹੁਣ ਛੱਡਿਆ ਜਾ ਰਿਹਾ ਸਾਡੇ ਵੱਡੇ ਭਰਾ ਨੇ ਮਨਾ ਕੀਤਾ ਕਿ ਇਹਨੂੰ ਕੁਝ ਨਹੀਂ ਕਹਿਣਾ ਤੁਹਾਡੇ ਵਾਲਾ ਸਾਹਿਬ ਇੰਜ ਉਹ ਸਾਡੇ ਲਾਲੇ ਦੀ ਮਸ਼ੂਕ ਦਾ ਮੁੰਡਾ ਹੈ ਇਹਦੇ ਪਿਓ ਦੀ ਕੀ ਗੱਲ ਕਰਨਾ ਇਹਦਾ ਪਿਓ ਤੇ ਸ਼ਰੀਫ ਮਰਨਾ ਮਰ ਗਿਆ ਵਿਆਹ ਨਹੀਂ ਕੀਤਾ ਸਹੀ ਗੱਲ ਤੁਹਾਡੇ ਤੇ ਗੁਜ਼ਾਰਾ ਕਰਦਾ ਤੁਹਾਡਾ ਤੇ ਪਿਓ ਹੀ ਬੜਾ ਵੱਡਾ ਬਦਮਾਸ਼ ਸੀ ਸਾਡੇ ਪਿਓ ਨੇ ਇੱਕ ਟਾਈਮ 'ਚ 70 ਬੰਦੇ ਮਾਰੇ ਨੇ ਉਹ ਕਿਵੇਂ ਨਹਿਰ ਚਲਾਉਂਦਾ ਸੀ ਬੱਸ 'ਚ ਡੇਗ ਕੇ ਤੁਹਾਡੇ ਕਤਲ ਠੀਕ ਨੇ ਤਰਤੀਬ ਸਹੀ ਕਰੋ ਜੋ ਸਾਡਾ ਦਾਦਾ ਬੜਾ ਵੱਡਾ ਬਦਮਾਸ਼ ਸੀ ਅੱਛਾ ਜੀ ਕੋਈ ਅੱਖ ਚੁੱਕ ਕੇ ਉਹਦੇ ਵੱਲ ਨਹੀਂ ਵੇਂਦਾ ਉਹ ਕਿਉਂ ਪਾਗਲ ਸੀ ਨੰਗਾ ਹੀ ਪਿਆ ਰਹਿੰਦਾ ਸੀ ਬੜੀ ਗੱਲ ਤੁਹਾਡਾ ਤੇ ਕੰਮ ਆਵਾ ਹੁਣ ਆ ਸਾਡੇ ਚਾਚੇ ਅੱਗੇ ਕੋਈ ਥੰਗ ਦਾ ਨਹੀਂ ਸੀ ਉਹ ਕਿਉਂ ਥੰਗ ਦੀ ਦਵਾਈ ਵੇਚਦਾ ਸੀ ਆ ਸਾਡੀ ਗਲੀ 'ਚ ਤੇ ਕੋਈ ਵੜਦਾ ਹੀ ਨਹੀਂ ਸੀ ਉਹ ਕਿਉਂ ਬੰਦ ਸੀ ਵੈਰੀ ਗੁੱਡ ਸਾਹਿਬ ਮੇਰੇ ਭਰਾ ਨੂੰ ਤੇ ਡਰਦਾ ਮਾਰਾ ਕੁੱਤਾ ਨਹੀਂ ਪੈਂਦਾ ਉਹ ਕਿਉਂ ਉਹ ਕਹਿੰਦਾ ਮੇਰੇ ਨਾਲ ਵੱਡਾ ਕੁੱਤਾ ਅੱਗੋਂ ਪੈ ਜਾਂਦਾ ਹੈ ਸਹੀ ਗੱਲ ਹੈ ਵੈਸੇ ਤੁਸੀਂ ਬਦਮਾਸ਼ ਪੂਰੀ ਮਚੀਜੀ ਮਚੀ ਬਣੇ ਉਹ ਮੇਰਾ ਭਰਾ ਬਦਮਾਸ਼ ਛੇ ਵੀ ਨਹੀਂ ਬਣਿਆ ਕਿਵੇਂ ਬਣਿਆ 3 ਮਹੀਨੇ ਪਹਿਲਾਂ ਘੋੜੀ ਬਣਿਆ ਅੱਛਾ ਅੱਛਾ ਇਹ ਤਾਂ ਮਤਲਬ ਕਿਹੋ ਜਿਹਾ ਤੇਰਾ ਮੂੰਹ ਤੂੰ ਤਾਂ ਬੱਕਰੀ ਬਣਿਆ ਮੈਂ ਕਿਹਾ ਗੱਲ ਸੁਣੋ ਚੌਧਰੀ ਸਾਹਿਬ ਅਸੀਂ ਤੁਹਾਡੇ ਖਾਦਮ ਹਾਂ ਗੱਲ ਇਹ ਹੈ ਭਰਾ ਤੁਹਾਡਾ ਜਿਹੜਾ ਅੱਜ ਛੁੱਟਣਾ ਠੀਕ ਹੈ 25 ਸਾਲ ਦੀ ਉਹਨੇ ਕੈਦ ਕੱਟਣੀ ਹੈ ਉਹ ਤੁਸੀਂ ਕੋਈ ਸ਼ੱਕ ਸੁਭਾਅ ਵੀ ਕਰਨਾ ਕਿ ਨਹੀਂ ਆਹ ਮੇਰੀ ਗੱਲ ਸੁਣ ਜੀ ਜੀ ਜਾ ਸ਼ਰਾਬ ਤੇ ਸ਼ਬਾਬ ਦਾ ਬੰਦੋਬਸਤ ਕਰ ਠੀਕ ਹੈ ਅੱਜ ਸਾਡੇ ਲਾਲੇ ਦੀ ਰਹਾਈ ਹੈ ਉਹ ਤੈਨੂੰ ਪਤਾ ਸੀ ਕਿਹੜੀ ਸ਼ਰਾਬ ਪੀਂਦੇ ਆ ਕਿਹੜੀ ਪੀਂਦੇ ਹੋ ਵਧੀ ਹੋਈ ਬੜੀ ਗੱਲ ਵਧੀਆ ਵਧੀਆ ਸਹੀ ਗੱਲ ਸਹੀ ਜੋ ਬਰਾਦਰੀ ਤੇ ਸਾਡਾ ਨੱਕ ਕਟਵਾਉਣਾ ਹੀ ਤੁਸੀਂ ਸ਼ਰਾਬਾਂ ਪੀਣਾ ਹੈ ਸਾਡੇ ਭਰਾ ਸਿਰ ਚੰਗੇ ਇੰਤਜ਼ਾਮ ਕਰ ਸਿਰ ਆਪ ਕਤਲ ਨਹੀਂ ਸਾਡੀ ਭੈਣ ਨੇ ਵੀ ਬੰਦਾ ਮਾਰਿਆ ਉਹ ਕਿਵੇਂ ਇੱਕ ਬੰਦੇ ਦੇ ਮੂੰਹ 'ਚ ਮੂੰਹ ਪਾ ਕੇ ਕਿਸ ਕਰਨ ਦੀ ਉਹਦਾ ਸਾਹ ਕੁੱਟਿਆ ਗਿਆ ਮਰ ਗਿਆ ਲਾਲਾ ਤੇਰੇ ਤੇ ਆ ਜੇਲੇ ਚਲੀਏ ਆ ਸਾਡੇ ਲਾਲੇ ਦੀ ਰਿਹਾਈ ਵਾਸਤੇ ਦੁਆ ਕਰੀਆ ਦੁਆ ਚਾਰੀਆਂ ਦੇ ਵਿੱਚ 200 ਦਾ ਉਹ ਖੈਰ ਜਿੱਥੇ ਪੈਰ ਉੱਥੇ ਹੀ ਫੈਰ ਤੁਹਾਡਾ ਖਾਨਾ ਖਰਾਬ ਹੋ ਜਾਵੇ